ਸਪੋਕਸਮੈਨ ਟੀਵੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ। ਲਾਈਵ ਤਸਵੀਰਾਂ ਦਿਖਾ ਰਹੇ ਹਾਂ, ਇਹ ਨੇ ਜੀ ਖਰੜ ਦੀਆਂ, ਖਰੜ ਦੇ ਬੱਸ ਸਟੈਂਡ ਦੀਆਂ, ਜਿੱਥੇ ਆਮ ਤੌਰ 'ਤੇ ਵੇਖਿਆ ਜਾਂਦਾ ਕਿ ਖਰੜ ਦਾ ਇਹ ਉਹੀ ਬੱਸ ਸਟੈਂਡ ਹੈ ਕਿਉਂਕਿ ਇੱਥੇ ਫਲਾਈਓਵਰ ਦਾ ਕੰਮ ਚੱਲ ਰਿਹਾ ਹੈ। ਸੋ ਇੱਥੇ 2 ਤੋਂ 3 ਕਿਲੋਮੀਟਰ ਤੱਕ ਆਮ ਤੌਰ 'ਤੇ ਇੱਥੇ ਜਿਹੜਾ ਜਾਮ ਵੱਡਾ ਲੰਮਾ ਜਾਮ ਦੇਖਿਆ ਜਾ ਸਕਦਾ, ਪਰ ਜੇਕਰ ਅੱਜ 25 ਅਗਸਤ ਦੀ ਗੱਲ ਕੀਤੀ ਜਾਵੇ ਤਾਂ ਅੱਜ ਇਹ ਬਿਲਕੁਲ ਵੀ ਜਾਮ ਇੱਥੇ ਨਹੀਂ ਹੈਗਾ ਕਿਉਂਕਿ ਲੋਕ ਖੁਦ ਬਾਹਰ ਨਿਕਲਣਾ ਪਸੰਦ ਨਹੀਂ ਕਰ ਰਹੇ ਨੇ। ਸੋ ਇੱਕ ਚੰਗੀ ਗੱਲ ਵੀ ਹੈਗੀ ਇਸ ਦੇ ਨਾਲ, ਕਿਉਂਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਸਹਿਯੋਗ ਮਿਲਦਾ ਹੈ, ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਦੇ ਲਈ ਲੋਕਾਂ ਨੇ ਜਿਹੜਾ ਆਪ ਹੀ ਇਸ ਨੂੰ ਮੁਨਾਸਿਬ ਨਹੀਂ ਸਮਝਿਆ ਕਿ ਘਰਾਂ ਤੋਂ ਬਾਹਰ ਨਿਕਲਿਆ ਜਾਵੇ, ਅਤੇ ਕਈ ਆਪਾਂ ਇਹ ਵੀ ਵੇਖਿਆ ਕਿ ਕੁਝ ਜਿਹੜੇ ਜ਼ਰੂਰੀ ਹੈਗੇ ਆ ਜਾਂ ਜ਼ਰੂਰੀ ਕੰਮਾਂ ਦੇ ਲਈ ਜਿਹੜੇ ਲੋਕ ਨਿਕਲੇ ਨੇ ਉਹੀ ਆਪਾਂ ਗੱਡੀਆਂ ਵੇਖੀਆਂ ਜਾ ਸਕਦੇ ਹਾਂ, ਜਿਨ੍ਹਾਂ ਦੇ ਵਿੱਚ ਐਂਬੂਲੈਂਸ ਵੀ ਹੈਗੀ ਹੈ ਜਾਂ ਪ੍ਰਸ਼ਾਸਨ ਦੀਆਂ ਕਈ ਗੱਡੀਆਂ ਆਪਾਂ ਨੇ ਵੇਖੀਆਂ ਹੈਗੀਆਂ। ਪਰ ਇਹ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਜੀ ਖਰੜ ਦੇ ਬੱਸ ਸਟੈਂਡ ਦੀਆਂ, ਇਹ ਉਹੀ ਬੱਸ ਸਟੈਂਡ ਹੈ ਜਿੱਥੇ ਦੋਨੋਂ ਸਾਈਡ ਜੇਕਰ ਗੱਲ ਕੀਤੀ ਜਾਵੇ ਤਾਂ ਲਗਭਗ 2 ਤੋਂ 3 ਕਿਲੋਮੀਟਰ ਤੱਕ ਰੋਜ਼ਾਨਾ ਜਿਹੜਾ ਜਾਮ ਲੱਗਿਆ ਰਹਿੰਦਾ ਹੈ। ਪਰ ਜੇਕਰ ਗੱਲ ਅੱਜ 25 ਅਗਸਤ ਦੀ ਕੀਤੀ ਜਾਵੇ ਤਾਂ ਅੱਜ ਪੰਜਾਬ ਦੀਆਂ ਸੜਕਾਂ 'ਤੇ ਵੀ ਜਿਹੜਾ ਜਾਮ ਨਹੀਂ ਵੇਖਿਆ ਜਾ ਸਕਦਾ, ਲੋਕਾਂ ਦੀ ਆਵਾਜਾਈ ਨਹੀਂ ਵੇਖੀ ਜਾ ਸਕਦੀ। ਬੇਸ਼ੱਕ ਡੇਰਾ ਪ੍ਰੇਮੀ ਪੰਜਾਬ ਦੇ ਵਿੱਚ ਨਹੀਂ ਨੇ, ਪਰ ਲੋਕ ਜਾਣਦੇ ਨੇ ਕਿ ਡੇਰਾ ਪ੍ਰੇਮੀਆਂ ਦੇ ਵੱਲੋਂ ਜੋ ਚੇਤਾਵਨੀ ਦਿੱਤੀ ਗਈ ਹੈ ਉਸ ਦੇ ਮੁਤਾਬਿਕ ਅੱਜ ਸੜਕਾਂ 'ਤੇ ਨਿਕਲਣਾ ਠੀਕ ਨਹੀਂ ਹੋਵੇਗਾ। ਸੋ ਲੋਕਾਂ ਨੇ ਆਪ ਹੀ ਜਿਹੜਾ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਨੇ, ਇਸ ਦੇ ਨਾਲ ਪੰਜਾਬ ਪੁਲਿਸ ਨੂੰ ਕਿਤੇ ਨਾ ਕਿਤੇ ਕਾਫੀ ਸਹਿਯੋਗ ਮਿਲੇਗਾ। ਇੱਥੇ ਪੁਲਿਸ ਪ੍ਰਸ਼ਾਸਨ ਆਪਾਂ ਵੇਖ ਸਕਦੇ ਹਾਂ, ਪੁਲਿਸ ਦੀਆਂ ਟੀਮਾਂ ਵੱਖ ਵੱਖ ਥਾਵਾਂ ਦੇ ਉੱਤੇ ਜਿੱਥੇ ਵੀ ਭੀੜ ਵਾਲੀਆਂ ਥਾਵਾਂ ਨੇ ਉੱਥੇ ਪੁਲਿਸ ਦੀਆਂ ਟੀਮਾਂ ਜਿਹੜੀਆਂ ਹੈਗੀਆਂ ਤਾਇਨਾਤ ਕੀਤੀਆਂ ਗਈਆਂ ਨੇ, ਡਿਊਟੀ ਕਰ ਰਹੇ ਨੇ, ਆਪਣਾ ਫਰਜ਼ ਸਮਝਦੇ ਹੋਏ ਡਿਊਟੀਆਂ ਕਰ ਰਹੇ ਨੇ। ਪਰ ਲੋਕ ਵੀ ਇੱਥੇ ਜੇ ਆਵਾਜਾਈ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚ ਆਵਾਜਾਈ ਬੜੀ ਘੱਟ ਵੇਖੀ ਜਾ ਸਕਦੀ ਹੈ। ਰੋਜ਼ਾਨਾ ਦੀ ਤਰ੍ਹਾਂ ਇੱਥੇ ਵੱਡਾ ਜਾਮ ਨਹੀਂ ਵੇਖਿਆ ਜਾ ਸਕਦਾ ਕਿਉਂਕਿ 2 ਤੋਂ 3 ਕਿਲੋਮੀਟਰ ਤੱਕ ਅਕਸਰ ਇੱਥੇ ਜਾਮ ਰਹਿੰਦਾ ਹੈ, ਅਤੇ ਜਿਹੜੇ ਇੱਥੇ ਮੁਲਾਜ਼ਮ ਨੇ ਪੁਲਿਸ ਦੇ ਮੁਲਾਜ਼ਮ ਉਹ ਬੜੇ ਆਰਾਮ ਦੇ ਨਾਲ ਆਪਣੀਆਂ ਡਿਊਟੀਆਂ ਕਰ ਰਹੇ ਨੇ। ਆਮ ਤੌਰ 'ਤੇ ਇਹਨਾਂ ਮੁਲਾਜ਼ਮਾਂ ਨੂੰ ਵੀ ਵੇਖੀਦਾ ਹੈ ਕਿ ਇਹ ਕਾਫੀ ਜ਼ਿਆਦਾ ਮੁਸ਼ੱਕਤ ਕਰ ਰਹੇ ਹੁੰਦੇ ਨੇ, ਪਰ ਕਿਉਂਕਿ ਸਾਰਾ ਦਿਨ ਇਹਨਾਂ ਦੇ ਵੱਲੋਂ ਡਿਊਟੀਆਂ ਕੀਤੀਆਂ ਜਾਂਦੀਆਂ ਨੇ, ਸਾਰਾ ਦਿਨ ਇਹ ਆਪਣੀਆਂ ਡਿਊਟੀਆਂ ਦੇ ਤਾਇਨਾਤ ਰਹਿੰਦੇ ਨੇ। ਪਬਲਿਕ ਨੂੰ ਸਾਰਾ ਦੇ ਦਿਨ ਇਹਨਾਂ ਦੇ ਵੱਲੋਂ ਸੰਭਾਲਿਆ ਜਾਂਦਾ, ਪਰ ਅੱਜ ਅਸੀਂ ਵੇਖ ਸਕਦੇ ਹਾਂ ਕਿ ਇਹਨਾਂ ਦੇ ਵੱਲੋਂ ਡਿਊਟੀਆਂ ਆਰਾਮ ਦੇ ਨਾਲ ਕੀਤੀਆਂ ਜਾ ਰਹੀਆਂ ਨੇ। ਇਹ ਉਹੀ ਬੱਸ ਸਟੈਂਡ ਹੈ ਜੀ ਖਰੜ ਦਾ ਜਿੱਥੇ ਫਲਾਈਓਵਰ ਬਣ ਰਿਹਾ, ਲਗਭਗ 3 ਤੋਂ 4 ਕਿਲੋਮੀਟਰ ਜਾਂ 2 ਤੋਂ 3 ਕਿਲੋਮੀਟਰ ਤੱਕ ਡੇਲੀ ਦੇ ਆਪਾਂ ਦੇਖੀਏ ਤਾਂ ਡੇਲੀ ਇੱਥੇ ਜਾਮ ਲੱਗਿਆ ਰਹਿੰਦਾ, ਪਰ ਅੱਜ ਇੱਥੇ ਦੇ ਮੁਲਾਜ਼ਮ ਵੀ ਆਰਾਮ ਦੇ ਨਾਲ ਜਿਹੜੀ ਆਪਣੀ ਡਿਊਟੀ ਕਰ ਰਹੇ ਨੇ, ਕਿਤੇ ਨਾ ਕਿਤੇ ਅੱਜ ਉਹਨਾਂ ਨੂੰ ਰਾਹਤ ਕਾਫੀ ਮਹਿਸੂਸ ਹੋਈ ਹੋਵੇਗੀ। ਪਰ ਲੋਕਾਂ ਦਾ ਇੱਕ ਚੰਗਾ ਹੁੰਗਾਰਾ ਵੀ ਕਿਹਾ ਜਾ ਸਕਦਾ ਹੈ ਕਿ ਭਾਵੇਂ ਡੇਰਾ ਪ੍ਰੇਮੀ ਪੰਜਾਬ ਦੇ ਵਿੱਚ ਨਹੀਂ ਨੇ, ਪਰ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ, ਉਸ ਦੇ ਲਈ ਲੋਕਾਂ ਦਾ ਬਾਹਰ ਨਿਕਲਣਾ ਹੀ ਠੀਕ ਸੀ। ਸੋ ਲੋਕਾਂ ਦੀ ਇੱਥੇ ਸੂਝਵਾਨ ਸੋਚ ਦਾ ਸਬੂਤ ਮਿਲ ਰਿਹਾ ਕਿ ਇਸ ਦੇ ਨਾਲ ਪੰਜਾਬ ਦੀ ਪੁਲਿਸ ਨੂੰ ਕਾਫੀ ਜ਼ਿਆਦਾ ਸਹਿਯੋਗ ਮਿਲੇਗਾ। ਜਿੱਥੇ ਉੱਥੇ ਪੰਜਾਬ ਦੇ ਹਾਲਾਤਾਂ ਦੀ ਗੱਲ ਵੀ ਜੇਕਰ ਕਰੀਏ ਤਾਂ ਪੰਜਾਬ ਦੇ ਹਾਲਾਤ ਵੀ ਕਾਫੀ ਹੱਦ ਤੱਕ ਠੀਕ ਰਹਿਣਗੇ। ਅਤੇ 25 ਅਗਸਤ ਹੈ ਅੱਜ, ਪੰਚਕੂਲਾ ਦੇ CBI ਕੋਰਟ ਦੇ ਵਿੱਚ ਅੱਜ ਡੇਰਾ ਮੁਖੀ ਨੇ ਪੇਸ਼ੀ ਭੁਗਤਣੀ ਹੈ, ਅਤੇ ਜਿਸ ਤੋਂ ਬਾਅਦ ਫੈਸਲਾ ਜਿਹੜਾ ਹੈਗਾ ਉਹ CBI ਕੋਰਟ ਦੇ ਵੱਲੋਂ ਦਿੱਤਾ ਜਾਣਾ ਹੈ। ਸੋ ਇਹ ਤਸਵੀਰਾਂ ਤੁਸੀਂ ਤਾਜ਼ਾ ਤਸਵੀਰਾਂ ਵੇਖ ਰਹੇ ਹੋ ਜੀ ਖਰੜ ਦੇ ਬੱਸ ਸਟੈਂਡ ਦੀਆਂ। ਆਪਾਂ ਦੇਖ ਸਕਦੇ ਹਾਂ ਕਿ ਕਈ ਟਰੱਕ ਹੈਗੇ ਨੇ ਜਿਹੜੇ ਜਾ ਰਹੇ ਨੇ, ਪਰ ਇਹ ਖਾਲੀ ਟਰੱਕ ਨੇ। ਪਰ ਪਿੱਛੇ ਜੇਕਰ ਗੱਲ ਕੀਤੀ ਜਾਵੇ ਤਾਂ ਕਈ ਟਰੱਕ ਅਜਿਹੇ ਵੀ ਨੇ ਜਿਹੜੇ ਲੋਡ ਨੇ, ਜਿਹੜੇ ਹਰਿਆਣਾ ਸਾਈਡ ਜਾ ਰਹੇ ਨੇ ਜਾਂ ਦਿੱਲੀ ਸਾਈਡ ਨੂੰ ਜਾ ਰਹੇ ਨੇ, ਉਹ ਰਸਤਿਆਂ ਦੇ ਵਿੱਚ ਹੀ ਆਪਣੇ ਟਰੱਕ ਸਾਈਡ 'ਤੇ ਲਗਾ ਕੇ ਡਰਾਈਵਰ ਬੜੇ ਆਰਾਮ ਦੇ ਨਾਲ ਟਰੱਕਾਂ ਦੇ ਵਿੱਚ ਹੀ ਆਰਾਮ ਜਿਹੜੇ ਫਰਮਾ ਰਹੇ ਨੇ। ਆਪਾਂ ਉਹਨਾਂ ਨੂੰ ਆਰਾਮ ਕਹਿ ਲਈਏ ਜਾਂ ਫਿਰ ਇਹ ਵੀ ਕਿਹਾ ਜਾ ਸਕਦਾ ਕਿ ਉਹਨਾਂ ਦੀ ਜਿਹੜੀ ਅੱਜ ਦੀ ਦਿਹਾੜੀ ਹੈਗੀ ਆ ਉਹ ਖਰਾਬ ਹੁੰਦੀ ਜਾ ਰਹੀ ਹੈ, ਪਰ ਅੱਜ ਦਿਹਾੜੀ ਨੂੰ ਨਾ ਦੇਖਦੇ ਹੋਏ ਆਪਣੇ ਹੀ ਰਸਤੇ ਦੇ ਉੱਤੇ ਜਿੱਥੇ ਤੁਸੀਂ ਉਹ ਅਗਰ ਦਿੱਲੀ ਸਾਈਡ ਜਾਂ ਪੰਚਕੂਲਾ ਸਾਈਡ ਜਾ ਰਹੇ ਹੋ ਤਾਂ ਉੱਥੇ ਹੀ ਰੁਕਣਾ ਸਹੀ ਹੋਵੇਗਾ। ਸੋ ਲੋਕਾਂ ਦੀ ਸੂਝਵਾਨ ਸੋਚ ਜਿਹੜੀ ਹੈਗੀ ਆ ਉਹ ਕਾਫੀ ਜ਼ਿਆਦਾ ਪੁਲਿਸ ਪ੍ਰਸ਼ਾਸਨ ਨੂੰ ਵੀ ਰਾਹਤ ਦੇ ਰਹੀ ਹੈ। ਮੇਰੇ ਨਾਲ ਸਰ ਨਿਧਾਨ ਸਿੰਘ ਜੀ ਨੇ, ਸਰ ਅੱਜ ਕਿਵੇਂ ਦਾ ਸਹਿਯੋਗ ਮਿਲ ਰਿਹਾ ਜੀ ਪਬਲਿਕ ਦਾ? ਅੱਜ ਪਬਲਿਕ ਤਕਰੀਬਨ ਬਹੁਤ ਸਮੂਥਲੀ ਚੱਲ ਰਹੀ ਹੈ, ਟ੍ਰੈਫਿਕ ਸਮੂਥਲੀ ਚੱਲ ਰਹੀ ਹੈ, ਬੜੇ ਅੱਛੇ ਕੋਆਪਰੇਸ਼ਨ ਕਰ ਰਹੇ ਲੋਕ, ਇੰਨਾ ਕੋਈ ਗਲਤ ਨਹੀਂ ਕੋਈ ਅਨਸਰ ਨਹੀਂ ਆ ਰਹੇ, ਅਤੇ ਹਰ ਇੱਕ ਬੰਦਾ ਆਪਣੇ ਆਪਣੇ ਡਿਸਿਪਲਿਨ 'ਚ ਚੱਲ ਰਿਹਾ। ਜਿਵੇਂ ਇਹਦੇ ਨਾਲ ਪ੍ਰਸ਼ਾਸਨ ਨੂੰ ਕੀ ਰਾਹਤ ਮਹਿਸੂਸ ਕਰ ਰਿਹਾ ਜੀ ਪ੍ਰਸ਼ਾਸਨ ਲੋਕਾਂ ਦੀ? ਜਦੋਂ ਤੱਕ ਬਾਬਾ ਜੀ ਹਜੇ ਉਹਨਾਂ ਦਾ ਪੂਰਾ ਕਲੀਅਰ ਨਹੀਂ ਹੁੰਦਾ ਉਦੋਂ ਤੱਕ ਪੁਲਿਸ ਵੀ ਹਜੇ ਬਿਜ਼ੀ ਆ ਅਤੇ ਪ੍ਰਸ਼ਾਸਨ ਵੀ ਬਿਜ਼ੀ ਆ,
5 ਵਜੇ ਤੋਂ ਬਾਅਦ ਕਲੀਅਰ ਹੋਏਗਾ ਕਿ ਹੋਣਾ ਚਾਹੀਦਾ। ਜੇਕਰ ਕਿ ਲੱਗਦਾ ਵੀ ਪਬਲਿਕ ਨੂੰ ਆਪਣੇ ਘਰਾਂ ਦੇ ਵਿੱਚ ਹੀ ਐਵੇਂ ਹੀ ਰਹਿਣਾ ਚਾਹੀਦਾ ਸੀਗਾ ਜਾਂ ਫਿਰ ਪਬਲਿਕ ਦੇ ਲਈ ਸੜਕਾਂ 'ਤੇ ਨਿਕਲਣਾ ਇਸ ਸਮੇਂ ਮੁਸ਼ਕਿਲ ਹੋ ਸਕਦਾ, ਕੋਈ ਦੁਬਿਧਾ ਹੋ ਸਕਦਾ ਜੀ? ਹਰ ਆਦਮੀ ਚਾਹੁੰਦਾ ਕਿ ਮੈਂ ਸਮੂਥਲੀ ਰਹਾਂ ਅਤੇ ਮੈਂ ਸਿਕਿਓਰ ਰਹਾਂ। ਸਿਕਿਓਰ ਹੋਣ ਕਰਕੇ ਵੀ ਲੋਕ ਆਪਣੇ ਆਪ ਨੂੰ ਘਰਾਂ ਨੂੰ ਸੇਫ ਸਮਝ ਰਹੇ ਆ, ਇਸ ਕਰਕੇ ਲੋਕ ਘਰ ਤੋਂ ਬਾਹਰ ਨਹੀਂ ਆ। ਚਲੋ, ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਨਿਧਾਨ ਸਿੰਘ ਜੀ ਜਿਹੜੇ ਕਿ ਡਿਊਟੀ 'ਤੇ ਤਾਇਨਾਤ ਨੇ ਇੰਸਪੈਕਟਰ ASI। ਸੋ ਆਪਾਂ ਗੱਲ ਕਰ ਰਹੇ ਹਾਂ ਖਰੜ ਦੀ, ਅੱਜ ਪੰਜਾਬ ਦੀ ਗੱਲ ਕਰ ਰਹੇ ਹਾਂ ਪਰ ਤਾਜ਼ਾ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜੀ ਇਹ ਖਰੜ ਦੀਆਂ। ਪਰ ਜੇਕਰ ਗੱਲ ਪੂਰੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੀ ਕੀਤੀ ਜਾਵੇ, ਪੂਰੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਦੀ ਕੀਤੀ ਜਾਵੇ, ਪੰਜਾਬ ਦੀ ਕੀਤੀ ਜਾਵੇ, ਤਾਂ ਪੰਜਾਬ ਦੇ ਵਿੱਚ ਜਿੱਥੇ ਡੇਰਾ ਪ੍ਰੇਮੀ ਹੈ ਵੀ ਨਹੀਂ ਉੱਥੇ ਵੀ ਜਿਹੜਾ ਇਸ ਨੂੰ ਕਾਫੀ ਹੁੰਗਾਰਾ ਮਿਲ ਰਿਹਾ, ਬੰਦ ਨੂੰ ਹੁੰਗਾਰਾ ਮਿਲ ਰਿਹਾ। ਬੇਸ਼ੱਕ ਦੁਕਾਨਾਂ ਖੁੱਲੀਆਂ ਨੇ, ਪਰ ਜੇਕਰ ਗੱਲ ਸੜਕਾਂ ਦੀ ਕੀਤੀ ਜਾਵੇ, ਆਵਾਜਾਈ ਦੀ ਕੀਤੀ ਜਾਵੇ, ਤਾਂ ਅੱਜ ਜਿਹੜੀ ਆਵਾਜਾਈ ਹੈਗੀ ਆ ਉਹ ਬਹੁਤ ਘੱਟ ਸੜਕਾਂ 'ਤੇ ਵੇਖਣ ਨੂੰ ਮਿਲ ਰਹੀ ਹੈ। ਬੱਸਾਂ ਵੀ ਬੰਦ ਨੇ, ਪ੍ਰਾਈਵੇਟ ਬੱਸਾਂ ਜਿਹੜੀਆਂ ਮੁਕੰਮਲ ਤੌਰ 'ਤੇ ਬੰਦ ਨੇ, ਪਰ ਜਿਹੜੀਆਂ ਸਰਕਾਰੀ ਬੱਸਾਂ ਹੈਗੀਆਂ ਉਹ ਵਿਰਲੇ ਵਿਰਲੇ ਟਾਈਮ ਦੇ ਵੱਲ ਬਾਅਦ ਬੱਸਾਂ ਜਿਹੜੀਆਂ ਹੈਗੀਆਂ ਉਹ ਬੱਸਾਂ ਵੇਖੀਆਂ ਜਾ ਸਕਦੀਆਂ ਨੇ। ਪੰਜਾਬ ਦੀਆਂ ਸੜਕਾਂ 'ਤੇ ਸਰਕਾਰੀ ਬੱਸਾਂ ਵੀ ਬੰਦ ਕੀਤੀਆਂ ਗਈਆਂ ਨੇ, ਪਰ ਘੰਟੇ ਘੰਟੇ ਦੇ ਫਰਕ ਦੇ ਨਾਲ, ਜ਼ਿਆਦਾ ਘੰਟੇ ਦੇ ਫਰਕ ਦੇ ਨਾਲ ਉਹ ਬੱਸਾਂ ਦੂਜੇ ਸ਼ਹਿਰ ਨੂੰ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨੂੰ ਜਾ ਰਹੀਆਂ ਨੇ। ਸੋ ਐਂਬੂਲੈਂਸਾਂ ਨੂੰ ਆਪਾਂ ਵੇਖ ਸਕਦੇ ਹਾਂ ਕਿ ਮਰੀਜ਼ਾਂ ਦੇ ਲਈ ਜਿਹੜੇ ਐਂਬੂਲੈਂਸਾਂ ਹੈਗੀਆਂ ਉਹ ਵੱਖ ਵੱਖ ਹਸਪਤਾਲਾਂ ਨੂੰ ਜਾਂਦੀਆਂ ਵੇਖੀਆਂ ਜਾ ਸਕਦੀਆਂ। ਕਿਹਾ ਜਾ ਸਕਦਾ ਕਿ ਜਿਹੜੇ ਐਮਰਜੈਂਸੀ ਦੇ ਵਿੱਚ ਲੋਕ ਨੇ ਉਹੀ ਅੱਜ ਦੇ ਦਿਨ ਸਫ਼ਰ ਕਰ ਰਹੇ ਨੇ, ਬਾਕੀ ਸਾਰੇ ਆਪੋ ਆਪਣੇ ਘਰ ਦੇ ਵਿੱਚ ਬੈਠ ਕੇ ਜਾਂ ਤਾਂ ਡੇਰਾ ਸਾਹਿਬ ਦੇ ਮਾਮਲੇ ਨੂੰ ਲੈ ਕੇ ਖਬਰਾਂ ਦੇਖ ਰਹੇ ਨੇ, ਜਾਂ ਫਿਰ ਉਹ ਆਪਣੇ ਘਰਾਂ ਦੇ ਵਿੱਚ ਹੀ ਕਹਿ ਸਕਦੇ ਹਾਂ ਕਿ ਉਹ ਅੱਜ ਦੇ ਦਿਨ ਆਪਣੇ ਘਰਾਂ ਦੇ ਵਿੱਚ ਹੀ ਬੈਠਣਾ ਠੀਕ ਸਮਝ ਰਹੇ ਨੇ। ਸਪੋਕਸਮੈਨ TV ਦੇ ਲਈ ਖਰੜ ਤੋਂ ਜਗਦੀਪ ਸਿੰਘ ਥਲੀ।